ਹਾਂਜੀ, ਮੇਰੀ ਗੱਲ ਭੈਣ ਸੰਦੀਪ ਕੌਰ ਨਾਲ ਹੋ ਰਹੀ ਹੈ ਜੀ? ਹਾਂਜੀ ਹਾਂਜੀ ਭਾਜੀ, ਧਰਮ ਪਤਨੀ ਭਾਈ ਸਰਬਜੀਤ ਸਿੰਘ ਜੀ, ਲੋਕ ਸਭਾ ਹਲਕਾ ਫਰੀਦਕੋਟ ਤੋਂ। ਹਾਂਜੀ ਭੈਣ ਜੀ, ਹਰਪ੍ਰੀਤ ਸਿੰਘ ਮਖੂ ਬੇਨਤੀ ਕਰ ਰਿਹਾ। ਮਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਭਾਜੀ। ਭੈਣ ਜੀ, ਇੱਕ ਮੈਨੂੰ ਜਾਣਕਾਰੀ ਦਿਓ, ਕਿਉਂਕਿ ਇਲੈਕਸ਼ਨ ਤੇ ਜ਼ੋਰ ਕੱਲਾ ਫਰੀਦਕੋਟ ਤੋਂ ਨਹੀਂ ਲੱਗਾ, ਇਲੈਕਸ਼ਨ ਦੇ ਉੱਪਰ ਜ਼ੋਰ ਮੈਨੂੰ ਇੰਜ ਲੱਗਦਾ ਵੀ ਪੂਰੇ ਵਿਸ਼ਵ ਦੇ ਵਿੱਚ ਵਸਦੇ ਸਿੱਖਾਂ ਦਾ ਲੱਗਾ। ਉਹ ਹੁਣ ਬਾਰ ਬਾਰ ਇੱਕੋ ਗੱਲ ਪੁੱਛਦੇ ਪਏ ਨੇ, ਉਹ ਕਹਿੰਦੇ ਵੀ ਈਵੀਐਮ ਨੂੰ ਲੈ ਕੇ ਫਰੀਦਕੋਟ ਤੋਂ ਕੁਝ ਵੀਡੀਓ ਵਾਇਰਲ ਹੋਈਆਂ ਨੇ ਵੀ ਸਟਰੋਂਗ ਰੂਮ ਦੇ ਅਸੀਂ ਬਾਹਰ ਬੈਠੇ ਹਾਂ ਤੇ ਮਸ਼ੀਨਾਂ 12 ਵਜੇ ਆਉਣੀਆਂ ਸੀ, ਤੇ ਦੇਖੋ ਜੀ ਹੁਣ 7 ਵੱਜ ਗਿਆ ਤੇ ਅਜੇ ਤੱਕ ਮਸ਼ੀਨਾਂ ਨਹੀਂ ਆਈਆਂ। ਜੋ ਵਾਰ ਵਾਰ ਇੱਕੋ ਗੱਲ ਪੁੱਛਦੇ ਪਏ ਨੇ, ਉਹ ਕਹਿੰਦੇ ਵੀ ਸਾਰੀ ਰਾਤ ਜਿਹੜੀਆਂ ਮਸ਼ੀਨਾਂ ਸੀ ਜਿਨ੍ਹਾਂ ਦੇ ਵਿੱਚ ਕੈਂਡੀਡੇਟ ਦਾ ਭਵਿੱਖ ਬੰਦ ਸੀ, ਉਹ ਕਿੱਥੇ ਰਹੀਆਂ? ਹਾਂਜੀ ਭਾਜੀ, ਆਪਾਂ ਨਾ ਇਸ ਚੀਜ਼ ਦੀ ਵੀ ਜਿੱਦਾਂ ਕਹਿ ਲਓ ਵੀ ਜਾਂਚ ਵੀ ਕਰ ਰਹੇ ਹਾਂ, ਪੁੱਛ ਪੜਤਾਲ ਵੀ ਕਰ ਰਹੇ ਹਾਂ ਵੀ ਇੰਨੀ ਲੇਟ ਕਿੱਥੇ ਹੋਈਆਂ, ਕੀ ਕਿੱਥੇ ਰਹੀਆਂ ਮਸ਼ੀਨਾਂ, ਹਨਾ ਸਾਰੀ ਰਾਤ, ਕਿਉਂਕਿ ਮਸ਼ੀਨਾਂ ਤਾਂ ਜਲਦੀ ਪਹੁੰਚ ਜਾਣੀ ਚਾਹੀਦੀਆਂ ਸੀਗੀਆਂ, ਪਰ ਹੁਣ ਤੱਕ ਮੇਰੇ ਖਿਆਲ ਚ ਸਵੇਰ ਦੇ 5 ਵਜੇ ਸਾਨੂੰ ਕਾਲ ਆਉਂਦੀ ਹੈ ਕਿ ਹਾਲੇ ਤੱਕ ਮਸ਼ੀਨਾਂ ਨੀ ਪਹੁੰਚੀਆਂ। ਫਿਰ ਇਹ ਲਾਈਵ ਹੋ ਕੇ ਇਹਨਾਂ ਨੇ ਜਿੱਦਾਂ ਕੀਤੀ ਵੀਡੀਓ ਪਾਈ ਫੇਸਬੁੱਕ ਦੇ ਉੱਤੇ, ਉਸ ਤੋਂ ਬਾਅਦ ਹੀ ਮਸ਼ੀਨਾਂ ਜਦੋਂ ਆਈਆਂ ਨੇ। ਨਹੀਂ ਭਾਈ ਸਰਬਜੀਤ ਸਿੰਘ ਦੇ ਵੀਡੀਓ ਪਾਉਣ ਤੋਂ ਬਾਅਦ ਮਸ਼ੀਨ ਆਈਆਂ ਨੇ? ਹਾਂਜੀ, ਜਦੋਂ ਅਸੀਂ ਵੀਡੀਓ ਪਾਈ ਲਾਈਵ ਹੋ ਕੇ ਉਸ ਤੋਂ ਬਾਅਦ ਮਸ਼ੀਨ ਆਈਆਂ ਨੇ ਜੀ। ਹੁਣ ਅੰਦਾਜ਼ਾ ਲਾ ਕੇ ਦੇਖੋ ਵੀ ਇੱਕ ਕੈਂਡੀਡੇਟ ਇਲੈਕਸ਼ਨ ਲੜਦਾ ਆ, ਉਹਨੂੰ ਤੜਕੇ 5 ਵਜੇ ਲਾਈਵ ਹੋਏ ਸੀ, ਕਿੰਨੇ ਵਜੇ ਹੋਏ ਸੀ? ਸਵੇਰੇ 5 ਵਜੇ ਜੀ। ਹਾਂ, ਹੁਣ ਮੰਨ ਕੇ ਚੱਲੋ ਵੀ ਇੱਕ ਕੈਂਡੀਡੇਟ ਨੂੰ ਇਲੈਕਸ਼ਨ ਜਿਸ ਦਿਨ ਹੋ ਜਾਂਦੇ ਆ, ਉਸ ਤੋਂ ਅਗਲੇ ਦਿਨ ਤੜਕੇ 5 ਵਜੇ ਲਾਈਵ ਹੋਣਾ ਪੈ ਰਿਹਾ ਵੀ ਮਸ਼ੀਨਾਂ ਅਜੇ ਤੱਕ ਨਹੀਂ ਆਈਆਂ, ਕਿੱਥੇ ਨੇ? ਤੇ ਉਸ ਤੋਂ ਬਾਅਦ ਮਸ਼ੀਨਾਂ ਜਿਹੜੀਆਂ ਨੇ ਉਹ ਸਟਰੋਂਗ ਰੂਮ ਦੇ ਵਿੱਚ ਜਮ੍ਹਾਂ ਹੁੰਦੀਆਂ ਨੇ। ਇੱਥੋਂ ਕੀ ਤੁਹਾਨੂੰ ਕੋਈ ਸ਼ੱਕ ਲੱਗਦਾ ਪਿਆ ਜਾਂ ਕਿਸੇ ਪ੍ਰਕਾਰ ਦਾ? ਭਾਜੀ ਦੇਖੋ, ਸਾਰੀ ਸਿੱਖ ਸੰਗਤ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ, ਇੱਥੋਂ ਦੀ ਨਹੀਂ ਪੂਰੀ ਦੁਨੀਆ ਦੇ ਵਿੱਚ, ਹਨਾ ਜਿੱਥੇ ਵੀ ਪੰਜਾਬੀ ਸਿੱਖ ਵੱਸਦੇ ਨੇ, ਔਰ ਜਿਨ੍ਹਾਂ ਨੂੰ ਵੀ ਦਰਬਾਰ ਸਾਹਿਬ ਨਾਲ ਆਪਣੇ ਹੈ ਅਟੈਚਮੈਂਟ ਹੈ, ਵੀ ਜਿੱਦਾਂ ਕਹਿ ਲਓ ਵੀ ਜਿਹਨਾਂ ਨੂੰ ਦਰਦ ਹੈ ਕੌਮ ਪ੍ਰਤੀ, ਉਹ ਸਾਰੇ ਸਾਡੇ ਨਾਲ ਨੇ, ਉਹ ਤਾਂ ਆਪਣੇ ਪੰਜਾਬ 'ਚ ਨੇ ਚਾਹੇ ਬਾਹਰ ਨੇ, ਜਿੱਥੇ ਵੀ ਨੇ ਸਿੱਖ, ਸਾਰਿਆਂ ਨੂੰ ਬਹੁਤ ਜ਼ਿਆਦਾ ਇਸ ਚੀਜ਼ ਦੀ ਬੇਸਬਰੀ ਹੈ ਤੇ ਇੰਤਜ਼ਾਰ ਹੈ ਕਿ ਕਦੋਂ ਨਤੀਜੇ ਆਉਣਗੇ ਤੇ ਕਦੋਂ ਐਲਾਨ ਹੋਏਗਾ, ਹਨਾ। ਪਰ ਹੁਣ ਜਿਹੜੀ ਆ ਚੀਜ਼ ਵਿੱਚ ਇਹਨਾਂ ਨੇ ਕੀਤੀ ਹੈ, ਸਾਨੂੰ ਇਸ ਚੀਜ਼ ਦਾ ਥੋੜਾ ਡਰ ਵੀ ਹੈ ਕਿ ਇਹ ਨਹੀਂ ਹੋਣੀ ਚਾਹੀਦੀ ਇਸ ਚੀਜ਼ ਦਾ। ਤੁਹਾਨੂੰ ਕਿਸ ਚੀਜ਼ ਦਾ ਡਰ ਹੈ ਵੀ ਤੁਹਾਨੂੰ ਹਰਾਇਆ ਜਾ ਸਕਦਾ ਆ? ਸਰਕਾਰ ਹੈ, ਕੁਛ ਵੀ ਹੋ ਸਕਦਾ ਜੀ। ਹਾਂ ਵੀ ਕੁਛ ਵੀ ਹੋ ਸਕਦਾ ਹੈ ਭੈਣ ਜੀ। ਜਿਵੇਂ ਹੁਣ ਲਾਈਵ ਹੋਇਆ, ਜਿਵੇਂ ਹੁਣ ਮੰਨ ਲਓ ਵੀਰ ਜੀ ਲਾਈਵ ਹੋਇਆ, ਲਾਈਵ ਹੋ ਕੇ ਇਹਨਾਂ ਨੇ ਬੇਨਤੀ ਕੀਤੀ ਹੈ, ਇਸ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕੋਲ ਜਾ ਕੇ ਇਸ ਚੀਜ਼ ਦੀ ਕੋਈ ਤਾੜਨਾ ਨਹੀਂ ਕੀਤੀ ਗਈ ਵੀ ਭਾਈ ਇੰਨਾ ਲੇਟ ਹੋਈਆਂ ਨੇ ਤੇ ਕਿਉਂ ਹੋਈਆਂ ਨੇ ਤੇ ਮਸ਼ੀਨਾਂ ਕਿੱਥੇ ਰਹੀਆਂ ਨੇ, ਕਿਸ ਨਿਗਰਾਨੀ ਵਿੱਚ ਰਹੀਆਂ ਨੇ, ਇੱਥੇ ਕੋਈ ਪੁੱਛ ਪੜਤਾਲ ਵੀ ਕੀਤੀ ਗਈ ਕਿ ਨਹੀਂ? ਹਾਂਜੀ ਭਾਜੀ, ਅਸੀਂ ਡੀਸੀ ਆਫਿਸ ਦੇ ਵਿੱਚ ਫੋਨ ਲਗਾਇਆ ਸੀ ਉਹਨਾਂ ਨੂੰ, ਭਾਈ ਸਾਹਿਬ ਨੂੰ ਉਦੋਂ ਹੀ ਲਾਇਆ ਸੀ ਜਦੋਂ ਮਸ਼ੀਨਾਂ ਲਾਈਵ ਹੋਣ ਤੋਂ ਬਾਅਦ, ਥੋੜੀ ਦੇਰ ਬਾਅਦ ਫੋਨ ਲਾਇਆ ਸੀ ਇਹਨਾਂ ਨੇ, ਤੇ ਉਹਨਾਂ ਨੇ ਕਿਹਾ ਸੀ ਕਿ ਪਿੱਛੋਂ ਸਾਡੇ ਕੋਲ ਸਾਰੀ ਫੁਟੇਜ ਹੈਗੀ ਹੈ, ਜੋ ਵੀ ਜਿੱਥੇ ਵੀ ਮਸ਼ੀਨਾਂ ਗਈਆਂ ਜੋ ਵੀ ਹੋਇਆ, ਵੀ ਅਸੀਂ ਅਗਰ ਤੁਹਾਨੂੰ ਹੈ ਤਾਂ ਅਸੀਂ ਤੁਹਾਨੂੰ ਉਹ ਦਿਖਾਵਾਂਗੇ। ਜਿਹਦੇ ਵਿੱਚ ਕੋਈ ਕਟਿੰਗ ਨਾ ਹੋਵੇ, ਕੋਈ ਕਿਸੇ ਪ੍ਰਕਾਰ ਜੋ ਵੀ ਚੱਲਦਾ ਪਿਆ ਸਾਰਾ ਕੁਝ ਲਾਈਵ ਚੱਲਦਾ ਹੋਵੇ, ਹੈਨਾ, ਜਾਂ ਕਹਿ ਲਈਏ ਹਾਂ ਵੀ ਉਹ ਚੀਜ਼ ਦੇਖੀ ਜਾਣੀ ਚਾਹੀਦੀ ਹੈ। ਜੀ ਕੁਛ ਕਹਿਣ ਲੱਗੇ ਹੋ? ਹਾਂਜੀ ਭਾਜੀ, ਬਸ ਇਹੀ ਹੈ ਕਿ ਹੁਣ ਤਾਂ ਦੇਖੋ ਕੱਲ ਤੱਕ ਹੀ ਆਪਾਂ ਵੇਟ ਕਰ ਸਕਦੇ ਹਾਂ, ਹਨਾ,
ਜੋ ਵੀ ਨਤੀਜਾ ਆਉਂਦਾ, ਪਰ ਸਾਨੂੰ ਇੰਨੇ ਸੰਗਤਾਂ ਦੇ ਫੋਨ ਆਉਂਦੇ ਨੇ, ਇੰਨੇ ਬਹੁਤ ਜ਼ਿਆਦਾ ਫੋਨ ਆਉਂਦੇ ਨੇ ਦਿਨ ਦੇ ਵਿੱਚ, ਪਤਾ ਹੀ ਨਹੀਂ ਕਿੰਨੀਆਂ ਕੁ ਕਾਲਸ ਆ ਜਾਂਦੀਆਂ ਨੇ, ਔਰ ਸਾਰੇ ਹੀ ਵਧਾਈਆਂ ਦੇ ਰਹੇ ਨੇ ਕਿ ਤੁਸੀਂ ਸਾਡੇ ਪਿੰਡ ਚੋਂ ਲੀਡ ਚੋਂ, ਸਾਡੇ ਪਿੰਡ ਚੋਂ ਲੀਡ ਚੋਂ, ਅਤੇ ਫਿਰ ਤੁਸੀਂ ਹੁਣ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਹਿਸਾਬ ਨਾਲ ਸੰਗਤਾਂ ਨੇ ਸਾਥ ਦਿੱਤਾ ਹੈ ਨਾ, ਸਹਿਯੋਗ ਦਿੱਤਾ, ਇੰਨਾ ਪਿਆਰ। ਭੈਣ ਜੀ, ਇਸ ਤੋਂ ਪਹਿਲਾਂ ਵੀ ਜੇ ਗੱਲ ਕਰੀਏ ਤੇ ਭਾਈ ਸਰਬਜੀਤ ਸਿੰਘ ਨੇ ਮੇਰੇ ਖਿਆਲ 3 ਇਲੈਕਸ਼ਨ ਇਸ ਤੋਂ ਪਹਿਲਾਂ ਲੜੇ ਨੇ, ਹੈ ਨਾ? ਹਾਂਜੀ, ਮੇਬੀ। ਕੀ ਤੁਹਾਨੂੰ ਲੱਗਦਾ ਵੀ 3 ਇਲੈਕਸ਼ਨ ਦੇ ਵਿੱਚ ਇਹੋ ਜਿਹਾ ਰਿਸਪੌਂਸ ਮਿਲਿਆ ਸੀ ਜਿਹੜਾ ਇਸ ਵਾਰੀ ਫਰੀਦਕੋਟ ਹਲਕੇ ਦੇ ਵਿੱਚੋਂ ਮਿਲਿਆ ਆ? ਕਦੀ ਵੀ ਨਹੀਂ ਭਾਜੀ, ਕਦੀ ਵੀ ਨਹੀਂ ਇੰਨਾ ਰਿਸਪੌਂਸ ਮਿਲਿਆ। ਮੈਂ ਕਹਿੰਦੀ ਹਾਂ ਸੰਗਤਾਂ ਨੇ ਨਾ ਹੱਥਾਂ ਦੇ ਉੱਤੇ ਚੱਕਿਆ ਪਰਿਵਾਰ ਨੂੰ, ਇੰਨਾ ਪਿਆਰ ਤੇ ਮਾਣ। ਸਾਨੂੰ ਖੁਦ ਨਹੀਂ ਆਸ ਸੀ ਕਿ ਸਾਨੂੰ ਇੰਨਾ ਜ਼ਿਆਦਾ ਮਾਣ ਸਤਿਕਾਰ ਫਰੀਦਕੋਟ ਵਾਲੇ ਦੇਣਗੇ, ਤੋ ਅਸੀਂ ਇਹਨਾਂ ਦਾ ਧੰਨਵਾਦ ਵੀ ਕਰੀਏ ਨਾ, ਉਹ ਵੀ ਲਫ਼ਜ਼ ਛੋਟਾ ਹੈ ਪਰਿਵਾਰ, ਸਾਰਾ ਪਰਿਵਾਰ ਵੀ ਅਸੀਂ ਇਹਨਾਂ ਦਾ ਧੰਨਵਾਦ ਕਰੀਏ, ਅਸੀਂ ਉਹ ਵੀ ਨਹੀਂ ਕਰ ਸਕਦੇ ਕਿਉਂਕਿ ਉਹ ਵੀ ਲਫ਼ਜ਼ ਇਹਨਾਂ ਲਈ ਛੋਟਾ ਹੈ ਜੋ ਇਹਨਾਂ ਨੇ ਸਾਨੂੰ ਸਤਿਕਾਰ ਪਿਆਰ ਮਾਣ ਬਖਸ਼ਿਆ। ਬਸ ਅਸੀਂ ਤਾਂ ਉਹਨਾਂ ਦੀ ਸੇਵਾ ਦੇ ਵਿੱਚ 24 ਘੰਟੇ ਹਾਜ਼ਰ ਰਹਾਂਗੇ, ਜਿਹੜਾ ਵੀ ਸਾਨੂੰ ਹੁਕਮ ਲਾਉਣਗੇ ਅਸੀਂ ਉਹ ਸਿਰ ਮੱਥੇ ਹੋਊਗਾ ਸਾਡੇ। ਮੇਰੇ ਭੈਣ ਜੀ ਬੜਾ ਸਵਾਲ ਹੈ, ਮੈਨੂੰ ਲੱਗਦਾ ਵੀ ਇਹ ਸਵਾਲ ਸ਼ਾਇਦ ਇਸ ਸਮੇਂ ਦੇ ਉੱਪਰ ਨਹੀਂ ਕਰਨਾ ਚਾਹੀਦਾ, ਖਾਸ ਕਰਕੇ ਜਦੋਂ ਅਸੀਂ ਬਿਲਕੁਲ ਐਸੀ ਸਥਿਤੀ ਦੇ ਵਿੱਚ ਹੁੰਦੇ ਹਾਂ। ਪਹਿਲੀ ਗੱਲ ਤੇ ਮੈਂ ਬੇਨਤੀ ਕਰਨੀ ਚਾਹੁੰਦਾ, ਵਾਹਿਗੁਰੂ ਕਿਰਪਾ ਕਰੇ ਵੀ ਤੁਸੀਂ ਜਿੱਤੋ, ਹੈ ਨਾ? ਵਾਹਿਗੁਰੂ ਕਿਰਪਾ ਕਰੇ ਵੀ ਆਪਾਂ ਜਿੱਤੀਏ, ਜਿੱਤੀਏ ਹੀ ਜਿੱਤੀਏ, ਪਹਿਲੀ ਗੱਲ ਤੇ ਇਹ ਹੈ, ਹੈ ਨਾ? ਇੱਕ ਪਲ ਵਾਰੀ ਐਸਾ ਨਾ ਹੋਵੇ, ਪਰ ਮੈਂ ਫਿਰ ਵੀ ਇੱਕ ਸਵਾਲ ਕਰਦਾ ਵਾਂ, ਜੇ ਆਪਾਂ ਇਸ ਵਾਰੀ ਰਹਿ ਜਾਂਦੇ ਹਾਂ ਤੇ ਕੀ ਤੁਸੀਂ ਉਸ ਤੋਂ ਬਾਅਦ ਲੋਕ ਸਭਾ ਹਲਕਾ ਫਰੀਦਕੋਟ ਛੱਡ ਦਿਓਗੇ ਜਿੱਥੋਂ ਲੋਕਾਂ ਨੇ ਤੁਹਾਨੂੰ ਹੱਥਾਂ ਤੇ ਚੁੱਕਿਆ ਸੀ? ਨਹੀਂ ਭਾਜੀ, ਕਦੀ ਵੀ ਨਹੀਂ, ਨਹੀਂ, ਅਸੀਂ ਹਮੇਸ਼ਾ ਇਹਨਾਂ ਦੇ ਨਾਲ ਰਵਾਂਗੇ ਕਿਉਂਕਿ ਸਾਨੂੰ ਜਿੰਨਾ, ਮੈਂ ਕਹਿੰਦੀ ਹਾਂ ਵੀ ਪੂਰੀ ਸਾਨੂੰ ਉਮੀਦ ਨਹੀਂ ਸੀ ਵੀ ਇੰਨਾ ਸਾਨੂੰ ਪਿਆਰ ਤੇ ਸਤਿਕਾਰ ਦੇਣਗੇ, ਅਸੀਂ ਹਮੇਸ਼ਾ ਇਹਨਾਂ ਦੇ ਵਿੱਚ ਰਵਾਂਗੇ। ਕਦੇ ਵੀ ਇਹ ਨਹੀਂ ਹੋ ਸਕਦਾ ਕਿ ਅਸੀਂ ਇਹ ਸਾਨੂੰ ਬੁਲਾਉਣ ਤੇ ਅਸੀਂ ਨਾ ਜਾਈਏ। ਭਾਈ ਜੇ ਸਿੰਘ ਸਾਹਿਬ ਬਿਜ਼ੀ ਨੇ ਤਾਂ ਮੈਂ ਜਾਊਂਗੀ, ਅਸੀਂ 24 ਘੰਟੇ ਦੋਨੋਂ ਜਾਣੇ ਅਸੀਂ ਦੋ ਇਹਨਾਂ ਦੀ ਆਪਣੇ ਸੇਵਾ ਦੇ ਵਿੱਚ ਹਾਜ਼ਰ ਰਹਾਂਗੇ। ਜੀ ਭੈਣ ਜੀ, ਹੁਣ ਜਿਹੜਾ ਸ਼ੱਕ ਮੰਨ ਲਓ ਮੇਰੇ ਮਨ ਦੇ ਵਿੱਚ ਆਇਆ ਸੀ, ਇਹ ਸ਼ੱਕ ਲੋਕਾਂ ਦੇ ਮਨ ਦੇ ਵਿੱਚ ਆਇਆ ਤੇ ਲੋਕ ਜਿੰਨੇ ਤੁਹਾਨੂੰ ਫੋਨ ਕੀਤੇ ਆ ਜਿੱਥੇ ਵਧਾਈਆਂ ਦੇ ਰਹੇ ਆ, ਉੱਥੇ EVM ਨੂੰ ਲੈ ਕੇ ਵੀ ਸਵਾਲ ਖੜੇ ਕਰ ਰਹੇ ਆ? ਹਾਂਜੀ, ਬਹੁਤ ਕਾਲ ਜਾਂਦੀਆਂ ਨੇ, ਬਹੁਤ ਪੁੱਛਦੇ ਨੇ ਕਿ EVM ਮਸ਼ੀਨ ਕਿੱਥੇ ਗਈਆਂ, ਵੀ ਸਾਨੂੰ ਵੀ ਡਰ ਹੈ ਕਿਉਂਕਿ ਦੇਖੋ ਸਾਡੇ ਨਾਲੋਂ ਜ਼ਿਆਦਾ ਸੰਗਤ ਨੂੰ ਵੀ ਡਰ ਹੈ ਇਸ ਚੀਜ਼ ਦਾ ਕਿ ਅਸੀਂ ਇੰਨੀ ਮਿਹਨਤ ਕੀਤੀ ਹੈ ਦਿਨ ਰਾਤ ਉਹਨਾਂ ਨੇ ਇੱਕ ਕਰਕੇ, ਹੈ ਨਾ, ਸੰਗਤ ਸਾਰੀ ਜੁੜੀ ਆ, ਆਪ ਮੁਹਾਰੇ ਹੋ ਕੇ ਲੋਕ ਚੱਲੇ ਨੇ ਸਾਰੇ, ਤੇ ਦੇਖੋ ਅਸੀਂ ਕਿਸੇ ਦਾ ਤੇਲ ਨਹੀਂ ਪਵਾਇਆ, ਕਿਸੇ ਦਾ ਕੁਛ ਨਹੀਂ ਕੀਤਾ, ਸਾਰੇ ਨੇ ਆਪ ਮੁਹਾਰੇ ਹੋ ਕੇ ਅੱਗੇ ਹੋ ਕੇ ਆਪ ਸਭ ਕੁਛ ਕੀਤਾ ਹੈ। ਤੇ ਜਿੱਥੇ ਮੈਂ ਇੱਕ ਗੱਲ ਹੋਰ ਵੀ ਕਹਿਣਾ ਚਾਹੂੰਗੀ ਭਾਜੀ ਕਿ ਜਿੱਥੇ ਦਾ ਦੇਖੋ ਵੋਟਾਂ ਦੇ ਵਿੱਚ ਨਸ਼ਾ ਚੱਲਦਾ, ਪੈਸਾ ਚੱਲਦਾ, ਇਸ ਵਾਰ ਵੋਟਾਂ ਦੇ ਵਿੱਚ ਇਹ ਬਿਲਕੁਲ ਖਤਮ ਹੋਇਆ। ਇੱਕ ਫਰੀਦਕੋਟ ਵਾਲਿਆਂ ਨੇ ਇੰਨਾ ਵਧੀਆ ਮੈਸੇਜ ਦੁਨੀਆਂ ਨੂੰ ਦਿੱਤਾ ਹੈ ਕਿ ਅਸੀਂ ਬਿਆਨ ਤੋਂ ਪਰੇ ਆ, ਕਿ ਜਿੱਥੇ ਇਹਨਾਂ ਨੇ ਲੰਗਰ ਲਾਏ ਨੇ, ਸਕੂਲਾਂ ਲਾਈਆਂ ਨੇ, ਤੇ ਮੁੰਡਿਆਂ ਦੇ ਵਿੱਚ ਇੰਨਾ ਮੇਰੇ ਵੀਰਾਂ ਨੌਜਵਾਨ ਵੀਰ ਨੇ ਜਿਹੜੇ ਉਹਨਾਂ 'ਚ ਇੰਨਾ ਉਤਸ਼ਾਹ ਹੈ ਕਿ ਉਹ ਸਾਨੂੰ ਖੁਦ ਫੋਨ ਕਰਕੇ ਕਹਿ ਰਹੇ ਨੇ ਕਿ ਭੈਣ ਜੀ ਜਦੋਂ ਇਹ ਵੀਰ ਜੀ ਆਪਣੇ ਬਣਨਗੇ, MP ਬਣਨਗੇ, ਤੇ ਅਸੀਂ ਦਮਾਲੇ ਸਜਾਵਾਂਗੇ, ਅਸੀਂ ਸਿੰਘ ਸਜਾਂਗੇ। ਹੁਣ ਇਸ ਤੋਂ ਵੱਡੀ ਖੁਸ਼ੀ ਤਾਂ ਆਪਣੇ ਲਈ ਹੋ ਨਹੀਂ ਸਕਦੀ ਕਿ ਸੰਗਤ ਆਪ ਮੁਹਾਰੇ ਹੋ ਕੇ ਚੱਲੇ ਤੇ ਇੰਨਾ ਕੁਛ ਤੁਹਾਡੇ ਲਈ ਕਰੇ। ਦੇਖੋ ਰੋਡ ਮੈਪ ਵੀ ਬਣਾਇਆ ਗਿਆ ਆ ਕਿਸ ਤਰੀਕੇ ਦੇ ਨਾਲ ਵੀ ਅਸੀਂ MP ਬਣਨ ਤੋਂ ਬਾਅਦ ਆਹ ਪੰਜਾਬ ਦੇ ਮਸਲੇ ਹੱਲ ਕਰਾਂਗੇ, ਕੋਈ ਐਸਾ ਹੈ? ਹਾਂਜੀ ਭਾਜੀ, ਆਪਾਂ ਸਭ ਤੋਂ ਪਹਿਲਾਂ ਤਾਂ ਨਸ਼ਿਆਂ ਦਾ ਮੁੱਦਾ ਵੀ ਚੱਕਾਂਗੇ, ਜਿਹੜੀ ਗੁਰੂ ਮਹਾਰਾਜ ਸਾਹਿਬ ਦੀ ਬੇਅਦਬੀ ਹੋਈ ਆ ਉਹਦੇ ਤੇ ਵੀ ਅਸੀਂ ਪੂਰੀ ਉਹਦੇ ਵੀ ਤਹਿ ਤੱਕ ਜਾਵਾਂਗੇ, ਤੇ
ਬਾਕੀ ਰਹੇ ਕਿਸਾਨੀ ਮੁੱਦੇ ਰਹੇ, ਮਜ਼ਦੂਰਾਂ ਦਾ ਮੁੱਦਾ ਰਿਹਾ, ਜੋ ਵੀ ਸਾਨੂੰ ਫਰੀਦਕੋਟ ਦੀ ਬੰਦੀ ਸੰਗਤ ਸਿੰਘਾਂ ਦਾ ਮਿਲ ਮੁੱਦਾ ਰਹੀ ਆ, ਇਸ ਤੋਂ ਇਲਾਵਾ ਪੰਜਾਬ ਹਾਂਜੀ, ਦੇ ਪਾਣੀਆਂ ਦਾ ਬੰਦੀ ਮੁੱਦਾ ਸੰਗਤਾਂ ਆ, ਦਾ ਪੰਜਾਬ ਮੁੱਦਾ, ਦੇ ਪਾਣੀਆਂ ਦਾ ਮੁੱਦਾ ਆ, ਪੰਜਾਬ ਚੰਡੀਗੜ੍ਹ ਦਾ ਮੁੱਦਾ ਆ। ਹਾਂਜੀ ਬਿਲਕੁਲ ਜੀ, ਮੁੱਦੇ ਬਹੁਤ ਨੇ। ਹਾਂਜੀ, ਬਹੁਤ ਮੁੱਦੇ ਨੇ ਭਾਜੀ ਆਪਣੇ ਕੋਲ, ਆਪਾਂ ਗਿਣਾ ਵੀ ਨਹੀਂ ਸਕਦੇ, ਕਿਉਂਕਿ ਜੀ ਬਹੁਤ ਜ਼ਿਆਦਾ ਆਪਣੇ ਬਹੁਤ ਲੋੜ ਹੈ। ਆਪਾਂ ਗਲੀਆਂ ਨਾਲੀਆਂ ਤੋਂ ਉੱਪਰ ਉੱਠ ਕੇ ਆਪਣਾ, ਹਨਾ, ਆਪਾਂ ਮੈਂ ਕਹਿੰਦੀ ਹਾਂ ਵੀ ਸਹਿਯੋਗ ਦੇਣ ਫਰੀਦਕੋਟ ਦੀ ਸੰਗਤ, ਜੇ ਆਪਾਂ ਇੱਕ ਏਦਾਂ ਦਾ ਵੀ ਬਣਾਈਏ ਫਰੀਦਕੋਟ ਦੀ ਲਹਿਰ ਵੀ, ਲੋਕ ਸਾਰੇ ਕਹਿਣ ਨਾਲ ਲੱਗ ਕੇ ਸਾਥ ਭੈਣ ਜੀ, ਸਵਾਲ ਤੇ ਮਨ ਦੇ ਵਿੱਚ ਹੋਰ ਵੀ ਬੜੇ ਨੇ, ਪਰ ਇਸ ਵੇਲੇ ਸਭ ਤੋਂ ਵੱਡਾ ਸਵਾਲ ਜਿਹੜਾ ਨਾ, ਮੈਂ ਉਹਦੇ ਬਾਰੇ ਹੀ ਤੁਹਾਨੂੰ ਪੁੱਛਣਾ ਚਾਹ ਰਿਹਾ ਸਾਂ। ਤੁਸੀਂ ਜਾਣਕਾਰੀਆਂ ਮੁਹੱਈਆ ਕਰਵਾਈਆਂ ਨੇ, ਧੰਨਵਾਦੀਆਂ, ਕਿਉਂਕਿ ਲੋਕ ਇੱਕੋ ਗੱਲ ਬਾਰ ਬਾਰ ਪੁੱਛਦੇ ਪਏ ਨੇ ਵੀ ਸਾਨੂੰ ਸਿਰਫ ਇਹ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਵੀ ਮਸ਼ੀਨਾਂ ਲੇਟ ਕਿਉਂ ਨੇ, ਤੇ ਸਾਡੇ ਮਨ ਦੇ ਵਿੱਚ ਇੱਕ ਸ਼ੱਕ ਪੈਦਾ ਹੋ ਗਿਆ। ਅਸੀਂ ਸਾਰਿਆਂ ਦੇ ਮਨ ਦੇ ਵਿੱਚ ਸ਼ੱਕ ਹੈ, ਇਹ ਕੋਈ ਇਹਦੇ ਵਿੱਚ ਦੋ ਰਾਏ ਤਾਂ ਹੈ ਹੀ ਨਹੀਂ ਗੀ, ਕਿਉਂਕਿ ਸਾਨੂੰ ਵੀ ਟੈਨਸ਼ਨ ਹੈ ਕੱਲ ਦੀ, ਅਸੀਂ ਵੀ ਟੈਨਸ਼ਨ ਦੇ ਵਿੱਚ ਆ, ਸਾਰੇ ਹੀ ਟੈਨਸ਼ਨ ਦੇ ਵਿੱਚ ਨੇ ਵੀ ਇਹ ਕਿਉਂ ਲੇਟ ਹੋਈਆਂ ਨੇ, ਕੀ ਰੀਜ਼ਨ ਕੀ ਰਿਹਾ ਇਹਨਾਂ ਦਾ ਲੇਟ ਹੋਣ ਦਾ। ਜੀ ਹਾਂਜੀ, ਸੋ ਦਿਲ ਦੀਆਂ ਕਹਿ ਰਹੀਆਂ ਤੋਂ ਭੈਣੇ ਸੰਦੀਪ ਕੌਰ ਤੁਹਾਡਾ ਧੰਨਵਾਦੀਆਂ, ਤੁਸੀਂ ਬੜਾ, ਜਿੱਥੇ ਤੁਹਾਡੇ ਪਤੀ ਨੇ ਇਲੈਕਸ਼ਨ ਲੜਿਆ ਲੋਕ ਸਭਾ ਹਲਕਾ ਫਰੀਦਕੋਟ ਤੋਂ, ਉੱਥੇ ਤੁਸੀਂ ਵੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਗਰਮੀ ਦੇ ਵਿੱਚ ਬੜਾ ਵੱਡਾ ਸਾਥ ਦਿੱਤਾ ਆ, ਤੇ ਲੋਕਾਂ ਨੇ ਜੋ ਸਾਥ ਦਿੱਤਾ ਉਹ ਤੇ ਕਹਿਣ ਕਥਨ ਤੋਂ ਪਰਾਂ ਹੋ ਗਿਆ। ਹਾਂਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਜਲਦੀ ਭੈਣੇ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।